ਅਸਲਾਮ ਵਾਲੇਕੁਮ, ਕੀ ਹਾਲ ਤੁਸੀਂ ਸੁਣਦੇ ਪਏ ਯੂਟਿਊਬ ਚੈਨਲ ਚਾਈਨੀ ਵਲੌਗ? ਤੁਹਾਡਾ ਵਲੌਗ ਕਰਦੇ ਹਾਂ ਸ਼ੁਰੂ। ਅਤੇ ਜਨਾਬ ਜੀ, ਕੱਲ੍ਹ ਤੁਹਾਨੂੰ ਵਸੀਮ ਵੱਲੋਂ ਸੁਣਾਇਆ ਅਤੇ ਹੁਣ ਜਾਂਦੇ ਪਏ ਹਾਂ ਅੱਜ ਸੰਗਤ। ਅੱਜ ਪਹਿਲੀ ਵਾਰ ਮੈਂ ਸੰਗਤ ਜਾਊਂ, ਅੱਗੇ ਦਹ ਡੰਗ ਕਿਹੜੇ ਨੌ ਡੰਗ ਨਾਲ ਜਾਂਦੀਆਂ ਰਹੀਆਂ ਸੰਗਤਾਂ, ਅਤੇ ਮੈਂ ਕੁਣ ਗਿਆ ਸੰਗਤਾਂ ਨਾਲ, ਮੰਜੀ ਵੱਲ ਵੀ ਗਿਆ ਅਤੇ ਉਹਨੇ ਵੀ ਨਾਲ ਮੈਂ ਕੁਣ ਗਿਆ। ਅਤੇ ਅੱਜ ਮੈਂ ਆਖਿਆ ਜਾ ਬੜਾ ਬੰਦਾ ਜਾਵੇ ਸੰਗਤ ਨਾਲ, ਕਿਉਂਕਿ ਅੱਜ ਵੱਡੀ ਗੱਡੀ ਹੈ, ਅੱਗੇ ਟਿਉਂਠੇ ਹੁੰਦੇ ਹਨ, ਟਿਉਂਠੇ ਚਬਸ ਬਣਦੀ ਆ, ਇਸ ਤੋਂ ਮੈਂ ਕੁਣ ਜਾਂਦਾ। ਅਤੇ ਅੱਜ ਕਿਹੜਾ ਵੱਡਾ ਟਾਈਮ ਆਇਆ 72 ਸੀਟਾਂ, ਅਤੇ ਸੰਗਤ ਕਿਹੜੀ ਨੇ ਜਾਣੀ ਹੈ? ਸੁੱਖੇ ਕੀ ਮੰਡੀ, ਸੁੱਖੇ ਕੀ ਮੰਡੀ, ਇੱਥੇ ਜਨਾਬ ਜੀ ਕੋਈ ਬਣ ਜਾਂਦਾ 30-35 ਕਿਲੋਮੀਟਰ ਸਫ਼ਰ, ਅਤੇ ਉੱਥੇ ਜਾਣਾ ਪੁਰਸਾ, ਉੱਥੇ ਪੜ੍ਹਨਾ। ਮੋੜ ਹਟ ਕੇ ਪਿੰਡ ਦੇ ਨਾਲ ਇੱਕ ਹੋਰ ਪਿੰਡ ਸਾਡੇ ਬਲੌਲਪੁਰ ਇਸਲਾਮਾਬਾਦ ਮੋਟਰਵੇ ਦੇ ਨਾਲ, ਉੱਥੇ ਵੀ ਅੱਜ ਫਿਰ 9 ਮੁਹਰਮ, ਅਤੇ ਉੱਥੇ ਵੀ ਪੜ੍ਹਨਾ ਪੁਰਸਾ। ਅਤੇ ਉਹਦੇ ਹੀ ਕੋਈ ਪੱਕੇ ਮਲੀ ਆ, ਕਿੱਥੇ ਕਿੱਥੇ ਗਏ ਅਤੇ ਹੁਣ ਕਿਹੜਾ ਨਾ, ਹੁਣ ਪੋਲ ਦੇ ਉੱਤੇ ਗੱਡੀ ਖਲੋਤੀ ਹੋਈ ਹੈ ਅਤੇ ਮੈਂ ਸੜਕੋ ਸੜਕੀ ਲੱਗਾ ਹਾਂ, ਜਾਂਦਾ ਹੀ ਸੁਬਹ ਨਾ ਕੀ ਬਣਦਾ, ਵਕਤ ਨਹੀਂ ਨਾ ਗਏ, ਸ਼ੱਕ ਮੈਂ ਨਹੀਂ ਜੀ, ਕਿਉਂਕਿ ਵਾਹਵਾ ਦੇਰ ਦੀ ਆਵਾਮ ਤੁਰੀ ਹੋਈ ਹੈ ਅਤੇ ਮੈਂ ਨਾਂਦਾ ਪਿਆ ਅਤੇ ਲੇਟ ਹੋ ਗਈ। ਅਤੇ ਹੁਣ ਜਾਂਦੇ ਹਾਂ ਪੋਲ 'ਤੇ, ਬਹਿੰਦੇ ਹਾਂ, ਖਲੋਤੀ ਹੋਈ ਹੈ ਬੱਸ ਜਾਂ ਕੋਈ ਨਾ, ਅਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ। ਹਾਂ ਜਨਾਬ ਜੀ, ਗੱਡੀ ਉੱਤੋਂ ਥੱਲੋਂ ਫੁੱਲ ਹੋਈ ਪਈ ਇੱਕ ਵਾਰੀ, ਅਤੇ ਮਾਥਮੀ ਖੇੜਨ ਨਾਲ ਜੁੜਦੇ ਪਏ ਨਾ, ਅਤੇ ਆ ਜ਼ੰਜੀਰ ਬਹਿੰਦੇ ਪਏ ਨਾ। ਇਹ ਦਾਇਰੇ ਦਾ ਮਾਤਮੀ ਸਾਹ ਨਾ, ਵੱਡਾ ਮਾਤਮੀ ਹੈ ਸਾਡਾ, ਇਹ ਪਿੰਡ ਦੀ ਪਹਿਚਾਣ ਹੈ। ਹੈਲੋ ਸਕਲੈਨ, ਉਹ ਸਕਲੈਨ ਸਕਲੈਨ ਉਤਮ, ਇਹ ਜਨਾਬ ਸਾਹ ਨਾ ਵੱਡਾ ਮਾਤਮੀ ਹੈ ਪਿੰਡ ਦਾ, ਨਾ ਵੀ ਤਿਆਰੀ ਕਰ ਰਹੇ ਨਾਮ ਬਾਹਰ ਜ਼ੰਜੀਰ ਇਹਨਾਂ ਚਲਾਉਣਾ ਹੈ, ਇਹ ਲਾ ਇਹ ਰਗੜੈਣ ਜਾਣਾ, ਸੁਬਹਾ ਇਹਨਾਂ ਚਲਾਉਣਾ ਹੈ। ਜਨਾਬ ਜੀ ਪਹੁੰਚ ਆਇਆ ਦਰਬਾਰ, ਅਤੇ ਸਾਰੇ ਹੁਣ ਲਾਂਦੇ, ਅਸੀਂ ਹੁਣ ਵਾਰੀ ਨਾਲ ਲਾਉਣਾ ਥੱਲੇ। Yeah.
ਜਨਾਬ ਜੀ ਮਾਤਮ ਕਰਕੇ ਆ ਗਏ ਸਾਰੇ ਲੰਗਰ 'ਤੇ ਬੈਠੇ ਹੋਏ ਨਾ, ਫਿਰ ਸਾਰਾ ਇੰਤਜ਼ਾਮ ਹੈ, ਬਹੁਤ ਹੀ ਅੱਛਾ ਇੰਤਜ਼ਾਮ ਹੈ ਨਾ ਕਿ ਸਾਡੇ ਹੁਣ ਤਾਂ ਪਹਿਲੀ ਵਾਰ ਸ਼ਾ ਲੱਗੀ ਹੋਈ ਆਈ ਲੰਗਰ ਦਾ ਇੰਤਜ਼ਾਮ ਮੈਨੂੰ ਬੜਾ ਪਸੰਦ ਆਇਆ ਜੇ, ਅੱਗੇ ਬੜਾ ਰਸ਼ ਹੁੰਦਾ ਅਤੇ ਆ ਵੇਖੋ ਅਸੀਂ ਭੁੱਖੇ ਥੱਲੇ ਖਾਂਦੇ ਪਏ ਹਾਂ, ਬੜਾ ਸੋਹਣਾ ਲੰਗਰ ਕਰਾਇਆ ਨਾ ਜੀ। ਬਿਲੋਲਪੁਰ ਆ ਗਿਆ ਅਤੇ ਹੁਣ ਇੱਥੇ ਪੜ੍ਹਨਾ ਪੁਰਸਾ ਅਤੇ ਮੁੜ ਜਾਣਾ ਘਰ ਅਤੇ ਸਾਰੇ ਹੈਗਾ ਵੱਗ ਗਏ ਨੇ ਅਤੇ ਅਸੀਂ ਜਾਂਦੇ ਹਾਂ ਪਿੱਛੋਂ। ਆ ਜਨਾਬ ਜੀ ਸ਼ੱਬੇ ਅਸ਼ੂਰਾ, ਸ਼ੱਬੇ ਅਸ਼ੂਰਾ ਜਨਾਬ ਸਾਡੇ ਪਿੰਡ ਵਿੱਚ ਕਈ ਸੋ ਰਹੇ ਔਰ ਕਈ ਜਾਗ ਰਹੇ ਜੀ, ਢੇਰ ਸਾਰੀ ਆਵਾਮ ਕੇ ਲੰਮੇ ਪਈ ਹੋਈ ਹੈ, ਅਸੀਂ ਲੰਮੇ ਪਏ ਹੋਏ ਇਸ ਇਬਾਦਤ ਕੋਈ ਵੀ ਨਹੀਂ ਕਰ ਰਿਹਾ, ਹਮਨੇ ਕਰ ਲਈ ਹੈ ਇੱਕ ਗੱਲ ਤੇਰਾ ਜਾਂ ਪੰਜਾਬੀ ਆਖੋ ਜਾਂ ਉਰਦੂ ਇੱਕ ਵਜੇ ਅੱਛਾ ਇੱਕ ਵਜੇ ਇੱਥੇ ਤਬੂਤ ਕਰਾਉਣਾ ਹੁਣ ਦੁਬਾਰਾ ਲੱਚੀਣਾ ਜਿੱਥੇ ਤੁਹਾਨੂੰ ਮਹਿੰਦੀ ਨਹੀਂ ਵਿਖਾਈ ਉਹ ਤੂੰ ਤਬੂਤ ਕਰਾਉਣਾ ਬਰਾਮਦ ਹੋਣਾ ہمارے گاؤں کے ایک اسپیسیفک پلیس ہے جہاں سے نا مہندی کی بھی رسم کا جو ہے نا جو ہوتی ہے مہندی کا وہ اس ٹائپ کا بنا ہوتا نہیں ہے تابو سا یا جو بھی ہوتا ہے وہ وہاں سے برآمد کیا جاتا ہے ہمارے گاؤں کی وہ ایک اسپیسیفک جگہ ہے وہاں سے جلوس ہمارے یہاں سب میرے کڑے نا سبسکرائبر اتنے پڑھے لکھے کون ਉਹ ਮੈਂ ਰੰਗੇ ਪੇਂਡੂ ਨੂੰ ਤੁਸੀਂ ਬਾਈ ਜਾਨੇ ਉਰਦੂ ਜਿਹੜਾ ਨਾ ਪੇ ਸ਼ਹਿਰਾਂ ਜਾਂਦੇ ਹੋ ਤਾਂ ਤੁਹਾਨੂੰ ਉਰਦੂ ਹੁੰਦੀ, ਅਸੀਂ ਪਿੰਡ 'ਚ ਰਹਿੰਦੇ ਹਾਂ ਸਾਨੂੰ ਪੰਜਾਬੀ ਆਉਂਦੀ, ਫਿਰ ਫਿਕਸ ਜਗ੍ਹਾ ਇੱਕ ਮਖਸੂਸ ਜਗ੍ਹਾ ਹੁੰਦੀ ਹੈ ਉੱਥੋਂ ਕਿਹੜਾ ਨਾ ਤਬੂਤ ਬਰਾਮਦ ਹੁੰਦਾ, ਜਿਵੇਂ ਵੱਡਿਆਂ ਸ਼ਹਿਰਾਂ 'ਚ ਲਾਹੌਰ 'ਚ ਬਰਾਮਦ ਹੁੰਦਾ ਨਾ ਸਹਿਜ ਜੋ ਸਮੇਂ
ਮੈਂ ਕੀ ਕਰਾਂ, ਅੱਜ 9 ਵਜੇ ਦੇ ਦਰਬਾਰ ਬੈਠੇ ਹਾਂ ਅਤੇ ਸਾਡੇ ਕੋਲ ਗਾਸ ਨਹੀਂ ਖੁੱਲਦਾ। ਬੜੀ ਕੋਸ਼ਿਸ਼ ਕੀਤੀ ਹੈ ਆਸਾ ਖਿਲਾਰਾਂ, ਪਰ ਆਸਾ ਨਹੀਂ ਖੁੱਲਦਾ। ਬਾਰ ਬਾਰ ਕੋਈ ਗਲਤੀ ਵਿੱਚ ਆ ਜਾਂਦੀ ਅਤੇ ਬੜਾ ਕੰਟਰੋਲ ਕੀਤਾ ਕਿ ਆਸਿਰ ਕਿਹੜਾ ਨਾ ਕੰਟਰੋਲ ਕਰੀਏ, ਪਰ ਮੁੜ ਵੀ ਆਸਾ ਆ ਹੀ ਜਾਂਦਾ। ਬੋਲਾ ਮਾਫ਼ ਤੁਸੀਂ ਜਾਣੋ ਪਾਲੀ, ਹੁਣ ਜਾਂਦੇ ਹਾਂ ਇੱਕ ਵਾਰੀ ਗੁਨਾਹਾਂ ਦੀ ਬਖਸ਼ਿਸ਼ ਲੈ ਆਉਂਦੇ ਹਾਂ, ਜਾਂਦੇ ਨਮਾਜ਼ ਪੜ੍ਹਦੇ ਹਾਂ ਮਸਜਿਦ।